ਪ੍ਰੋਪਰਟੀ ਗੁਰੂ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਸਵਾਗਤ। ਦੋਸਤੋ, ਰੋਜ਼ਾਨਾ ਤੁਸੀਂ ਦੇਖਦੇ ਹੋ ਸਾਡੇ ਇਸ ਪ੍ਰੋਗਰਾਮ ਨੂੰ। ਬਹੁਤ ਬਹੁਤ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦੇ ਰਹੇ ਹੋ, ਤੁਸੀਂ ਸਾਨੂੰ ਕਾਲਸ ਕਰਦੇ ਹੋ ਤੁਹਾਡੇ ਦਰਸ਼ਕਾਂ ਦੇ ਲਈ। ਅਸੀਂ ਇਸ ਪ੍ਰੋਗਰਾਮ ਨੂੰ ਜਿਹੜਾ ਹੈਗਾ ਰੋਜ਼ਾਨਾ ਇਸੇ ਸਮੇਂ ਟੈਲੀਕਾਸਟ ਕਰਦੇ ਹਾਂ। ਅੱਜ ਆਪਾਂ ਗੱਲਬਾਤ ਕਰਾਂਗੇ ਨਿਊ ਚੰਡੀਗੜ੍ਹ ਏਰੀਏ ਦੀ, ਅਤੇ ਉਹਦੇ ਲਈ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਨਕਸ਼ਤਰਾ ਐਸਟੇਟ ਤੋਂ ਮਿਸਟਰ ਮੋਹਿਤ ਚੌਧਰੀ ਜੀ। ਮੋਹਿਤ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਨਮਸਕਾਰ। ਤਾਂ ਦੋਸਤੋ, ਜਿੱਦਾਂ ਤੁਹਾਨੂੰ ਪਤਾ ਕਿ ਪ੍ਰੋਪਰਟੀ ਗੁਰੂ ਪੰਜਾਬ ਪ੍ਰੋਗਰਾਮ ਆਧਾਰਿਤ ਹੈਗਾ, ਚੰਡੀਗੜ੍ਹ ਟ੍ਰਾਈ ਸਿਟੀ ਦੀ ਬੈਸਟ ਪ੍ਰੋਪਰਟੀਜ਼ ਦੇ ਬਾਰੇ ਵਿੱਚ ਤੁਹਾਨੂੰ ਜਿਹੜੀ ਹੈਗੀ ਇੱਕ ਇਨਫੋਰਮੇਸ਼ਨ ਦਿੰਦਾ, ਉਹਨਾਂ ਬੈਸਟ ਪ੍ਰੋਪਰਟੀਜ਼ ਨੂੰ ਚੂਜ਼ ਕਰਕੇ ਤੁਹਾਡੇ ਰੂਬਰੂ ਕਰਦਾ, ਜਿਹੜੇ ਕਿ ਇੱਕ ਰੈਰਾ ਰਜਿਸਟਰਡ ਨੇ। ਇਸ ਪ੍ਰੋਗਰਾਮ ਨੂੰ ਤੁਸੀਂ ਯੂਟਿਊਬ ਦੇ ਰਾਹੀਂ ਵੀ, ਜੇਕਰ ਤੁਸੀਂ ਸਾਡੇ ਲੇਟੈਸਟ ਵੀਡੀਓਜ਼ ਨੂੰ ਦੇਖਣਾ ਚਾਹੁੰਦੇ ਹੋ ਤਾਂ ਯੂਟਿਊਬ ਦੇ ਉੱਤੇ ਵੀ ਸਾਡਾ ਪ੍ਰੋਪਰਟੀ ਗੁਰੂ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਉੱਥੇ ਬੈੱਲ ਦਾ ਬਟਨ ਲਵਾ ਕੇ ਸਾਡੀ ਲੇਟੈਸਟ ਵੀਡੀਓਜ਼ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ, ਉਹਦੇ 'ਤੇ ਤੁਸੀਂ ਬੈੱਲ ਦਾ ਬਟਨ ਕਲਿੱਕ ਕਰਨਾ। ਇਸ ਤੋਂ ਇਲਾਵਾ ਫੇਸਬੁੱਕ ਪੇਜ ਨੂੰ ਵੀ ਤੁਸੀਂ ਲਾਈਕ ਕਰਕੇ ਲੇਟੈਸਟ ਅਪਡੇਸ਼ਨਸ ਲੈ ਸਕਦੇ ਹੋ। ਤਾਂ ਮੋਹਿਤ ਜੀ, ਅਸੀਂ ਨਿਊ ਚੰਡੀਗੜ੍ਹ ਦੀ ਜਿਹੜੀ ਗੱਲ ਕਰਦੇ ਆਪਾਂ, ਨਿਊ ਚੰਡੀਗੜ੍ਹ ਨੂੰ ਇਹ ਇੱਕ ਤਾਂ ਪਹਿਲੀ ਗੱਲ ਵੀ ਨਿਊ ਚੰਡੀਗੜ੍ਹ ਕਿਉਂ ਕਿਹਾ ਜਾਂਦਾ? ਕੀ ਇਹ ਚੰਡੀਗੜ੍ਹ ਤੋਂ ਵੱਖਰੀ ਇੱਕ ਜਿਹੜੀ ਹੈਗੀ ਹੈ, ਇੱਕ ਏਰੀਆ ਤਿਆਰ ਹੋ ਰਿਹਾ, ਜਾਂ ਚੰਡੀਗੜ੍ਹ ਦਾ ਪਾਰਟ ਹੈ? ਨਿਊ ਚੰਡੀਗੜ੍ਹ, ਅਗਰ ਜੇ ਮੈਂ ਚੰਡੀਗੜ੍ਹ ਕੀ ਬਾਤ ਕਰੂੰ, ਚੰਡੀਗੜ੍ਹ ਕੇ ਇੱਕ ਸਾਈਡ ਮੇਂ ਪੰਚਕੂਲਾ ਹੈ, ਇੱਕ ਸਾਈਡ ਮੇਂ ਮੋਹਾਲੀ ਹੈ, ਜੋ ਇੱਕ ਸਾਈਡ ਮੇਂ ਨਿਊ ਚੰਡੀਗੜ੍ਹ ਹੈ। ਇਹ ਪੰਜਾਬ ਕਾ ਪਾਰਟ ਹੈ, ਡਿਸਟ੍ਰਿਕਟ ਮੋਹਾਲੀ ਕੇ ਅੰਦਰ ਹੀ ਆਏਗਾ ਜੀ। ਬਟ ਇਸ ਕੇ ਅੰਦਰ ਜੋ ਚੰਡੀਗੜ੍ਹ ਹੈ, ਚੰਡੀਗੜ੍ਹ ਕੀ ਬੈਟਰ ਤਰੀਕੇ ਸੇ ਜੋ ਪਲੈਨਿੰਗ ਹੈ, ਉਹ ਔਰ ਅੱਛੇ ਤਰੀਕੇ ਸੇ ਇਸ ਕੇ ਅੰਦਰ ਮੇਨਟੇਨ ਕੀ ਗਈ ਹੈ ਜੀ। ਜੈਸੇ ਕਿ ਮੱਧਿਅ ਮਾਰਗ, ਦਕਸ਼ਿਣ ਮਾਰਗ ਦੋਨੋਂ ਹੀ ਨਿਊ ਚੰਡੀਗੜ੍ਹ ਕੇ ਅੰਦਰ ਸਟ੍ਰੇਟ ਐਂਟਰ ਹੋ ਰਹੀ ਹੈ ਜੀ। ਮੈਡੀਸਿਟੀ ਕੰਪਲੀਟ ਇਸ ਏਰੀਆ ਕੇ ਅੰਦਰ ਆਇਆ, ਜਿਸ ਕੇ ਅੰਦਰ ਟਾਟਾ ਕੈਂਸਰ ਹੋਸਪਿਟਲ, ਚੇਤਨਿਆ ਗਰੇਵਾਲ, ਮੈਕਸ ਹੋਸਪਿਟਲ ਕਾ ਆਲਰੇਡੀ ਜੋ ਹੈ ਲੈਂਡ ਅਲਾਟ ਹੋ ਚੁੱਕੀ ਹੈ, ਔਰ ਟਾਟਾ ਕੈਂਸਰ ਹੋਸਪਿਟਲ ਕਾ ਤੋ ਕਾਫੀ ਹੱਦ ਤੱਕ ਕੰਮ ਵੀ ਹੋ ਗਿਆ ਜੀ, ਔਰ ਨੈਕਸਟ ਈਅਰ ਤੱਕ ਹੋਪਫੁਲੀ ਆਪਰੇਸ਼ਨਲ ਹੋਗਾ ਜੀ। ਸਾਥ ਮੇਂ PCS ਸਟੇਡੀਅਮ ਜੋ ਮੋਹਾਲੀ ਕਾ ਥਾ, ਯਹਾਂ ਪਰ ਬੜਾ ਪ੍ਰੋਬਲਮ ਥੀ, ਜੈਸੇ ਜਬ ਵੀ ਯਹਾਂ ਪਰ ਕੁਛ ਮਤਲਬ ਮੈਚ ਹੋਤੇ ਥੇ ਤੋ ਆਪਕੋ ਪਤਾ ਹੀ ਹੈ ਕਿ ਸਾਰਾ ਟ੍ਰੈਫਿਕ ਜਾਮ ਹੋ ਜਾਤਾ ਥਾ ਜੀ ਜੀ ਜੀ। ਤੋ ਯਹਾਂ ਨਿਊ ਚੰਡੀਗੜ੍ਹ ਕੇ ਅੰਦਰ ਹੀ 43 acres ਮੇਂ ਕਰੀਬਨ ਨਿਆ PCA ਇੰਟਰਨੈਸ਼ਨਲ ਸਟੇਡੀਅਮ ਆ ਰਹਾ ਹੈ ਜੀ। ਹੋਪਫੁਲੀ 2020 ਸੇ ਸਾਰੇ ਇੰਟਰਨੈਸ਼ਨਲ ਮੈਚਿਸ ਵਹੀਂ ਪਰ ਹੀ ਹੋਣਗੇ ਕਾਫੀ ਅੱਛੇ ਤਰੀਕੇ ਸੇ। ਮੈਡੀਸਿਟੀ ਕੰਪਲੀਟ ਆ ਰਹੀ ਹੈ, ਸਾਥ ਮੇਂ ਆਪਕਾ ਐਜੂਕੇਸ਼ਨ ਸਿਟੀ ਆ ਰਹੀ ਹੈ, ਔਰ ਸਭਸੇ ਬੜੀ ਬਾਤ ਜੋ ਹੈ ਨਿਊ ਚੰਡੀਗੜ੍ਹ ਕੀ, ਯਹਾਂ ਪਰ ਕੋਈ ਵੀ ਛੋਟਾ ਪ੍ਰੋਜੈਕਟ ਨਹੀਂ ਆ ਸਕਦਾ। ਮਿਨੀਮਮ 100+ acres ਚਾਹੀਏ ਕਿਸੇ ਵੀ ਬਿਲਡਰ ਕੋ ਯਹਾਂ ਪਰ ਪ੍ਰੋਜੈਕਟ ਲਾਣੇ ਕੇ ਲੀਏ। 100+ acres ਚਾਹੀਏ, ਮਤਲਬ 100 ਸੇ ਜ਼ਿਆਦਾ acres ਚਾਹੀਏ ਅਗਰ ਕੋਈ ਵੀ ਪ੍ਰੋਜੈਕਟ ਕਿਸੀ ਨੇ ਰੈਡੀ ਕਰਨਾ ਹੈ ਵਹਾਂ। ਯੈਸ, ਮਤਲਬ ਐਵਰੀ ਪ੍ਰੋਜੈਕਟ ਇਜ਼ ਅ ਮੈਗਾ ਪ੍ਰੋਜੈਕਟ ਜੀ, ਜਿਸਕੀ ਵਜ੍ਹਾ ਸੇ ਕਿਆ ਹੋਤਾ ਹੈ ਕਿ ਆਪਕੋ ਇੱਕ ਪ੍ਰੋਜੈਕਟ ਸੇ ਦੂਸਰੇ ਪ੍ਰੋਜੈਕਟ ਕੀ ਕਨੈਕਟਿਵਿਟੀ ਔਰ ਅਲਾਈਨਮੈਂਟਸ ਮੇਂ ਬਹੁਤ ਜ਼ਿਆਦਾ ਬੈਨੀਫਿਟ ਮਿਲਤਾ ਹੈ ਉਸਕਾ। ਇਹ ਨਹੀਂ ਕਿ 10 acres ਮੇਂ 5 acres ਮੇਂ ਕਹੀਂ ਪਰ ਹੈ ਕਨੈਕਟਿਵਿਟੀ ਕੀ, ਰੋਡਸ ਕੀ ਪ੍ਰੋਬਲਮ ਆ ਰਹੀ ਹੈ। ਇਹ ਰੋਡ ਸਾਰੀ 200 feet ਕੀ ਹੈ, ਪਰ ਮਿਨੀਮਮ ਜੋ ਘਰ ਕੇ ਬਾਹਰ ਵੀ ਰੋਡ ਹੈ ਉਹ 40 feet ਕੀ ਹੈ ਜੀ। ਤੋ ਇਸਕਾ ਬਹੁਤ ਬੜਾ ਐਡਵਾਂਟੇਜ ਹੈ ਜੀ ਕਿ ਆਪਕੋ ਪ੍ਰੋਬਲਮ ਹੈ। ਸਾਥ ਮੇਂ ਡੈਂਸਿਟੀ ਬੜੀ ਅੱਛੇ ਸੇ ਮੇਨਟੇਨ ਕੀ ਜਾ ਰਹੀ ਹੈ ਯਹਾਂ ਪਰ। ਯਹਾਂ ਪਰ 150 ਬੰਦਾ ਪਰ acre ਕੇ ਹਿਸਾਬ ਸੇ ਗਵਰਨਮੈਂਟ ਨੇ ਡੈਂਸਿਟੀ ਅਲੋਟ ਕੀ ਹੋਈ ਹੈ ਜੀ। ਰਾਈਟ, ਤਾਂ ਦੋਸਤੋ, ਅਗਰ ਨਿਊ ਚੰਡੀਗੜ੍ਹ ਦੇ ਬਾਰੇ ਵਿੱਚ ਕੋਈ ਵੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ, ਕਿਸੇ ਵੀ ਤਰ੍ਹਾਂ ਦੀ ਪ੍ਰੋਪਰਟੀ ਦੇ ਵਿੱਚ ਤੁਸੀਂ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਜਾਂ ਫਿਰ ਲੈਣਾ ਚਾਹੁੰਦੇ ਹੋ, ਪਲੋਟਸ ਲੈਣਾ ਚਾਹੁੰਦੇ ਹੋ, ਕਮਰਸ਼ੀਅਲ ਪ੍ਰੋਪਰਟੀ ਲੈਣਾ ਚਾਹੁੰਦੇ ਹੋ, ਫਲੈਟਸ ਲੈਣਾ ਚਾਹੁੰਦੇ ਹੋ, ਤਾਂ ਸਾਡੇ ਫੋਨ ਨੰਬਰ ਲਗਾਤਾਰ ਸਕਰੀਨ ਦੇ ਉੱਤੇ ਜਾ ਰਹੀ ਹੈ, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਨਿਊ ਚੰਡੀਗੜ੍ਹ ਦੇ ਬਾਰੇ ਵਿੱਚ ਇਨਫੋਰਮੇਸ਼ਨ ਲੈਣ ਦੇ ਲਈ। ਸਾਡੀ ਇਹੀ ਉਮੀਦ ਹੈ ਕਿ ਤੁਸੀਂ ਸਾਡੇ ਜਿਹੜੇ ਹੈਗੇ ਨੇ, ਅਸੀਂ ਤੁਹਾਨੂੰ ਘਰੇ ਬੈਠੇ ਬਿਠਾਏ ਇੱਕ ਇਨਫੋਰਮੇਸ਼ਨ ਦਈਏ, ਪ੍ਰੋਪਰਟੀ ਗੁਰੂ ਪੰਜਾਬ ਦੇ ਰਾਹੀਂ ਤੁਸੀਂ ਜੁੜ ਕੇ ਇੱਕ ਆਪਣੀ ਪਸੰਦੀਦਾ ਇੱਕ ਸੁਪਨਿਆਂ ਦਾ ਘਰ ਲੈ ਸਕਦੇ ਹੋ, ਇੱਕ ਪਸੰਦੀਦਾ ਇੱਕ ਇਨਵੈਸਟਮੈਂਟ ਵਾਲੀ ਪ੍ਰੋਪਰਟੀ ਲੈ ਸਕਦੇ ਹੋ। ਸਾਡੇ ਨਾਲ ਮਿਸਟਰ ਮੋਹਿਤ ਚੌਧਰੀ ਜੀ, ਨਕਸ਼ਤਰਾ ਸਟੇਟਸ ਤੋਂ। ਤਾਂ ਮੋਹਿਤ ਜੀ, ਨਿਊ ਚੰਡੀਗੜ੍ਹ ਤੁਸੀਂ ਦੱਸ ਰਹੇ ਹੋ ਕਿ ਬਹੁਤ ਵੱਡੇ ਵੱਡੇ ਪ੍ਰੋਜੈਕਟਸ ਨੇ, ਜਿਹੜੇ ਛੋਟੇ ਪ੍ਰੋਜੈਕਟਸ ਨਹੀਂ ਹੈ ਉੱਥੇ, ਬਹੁਤ ਵੱਡੇ ਵੱਡੇ ਪ੍ਰੋਜੈਕਟਸ ਨੇ। ਕਿਸ ਟਾਈਪ ਦੇ ਉੱਥੇ ਪ੍ਰੋਜੈਕਟਸ ਅਵੇਲੇਬਲ ਨੇ, ਕਿਸ ਟਾਈਪ ਦੀ ਜਿਹੜੀ ਹੈਗੀ ਹੈ ਜਿਹੜੀ ਅਸੀਂ ਕਹਿ ਦਿੰਦੇ ਪ੍ਰੋਪਰਟੀਜ਼ ਉੱਥੇ ਅਵੇਲੇਬਲ ਨੇ? ਸਰ, ਪ੍ਰੋਪਰਟੀਜ਼ ਕੀ ਬਾਤ ਕਰੋ ਤਾਂ ਵਹਾਂ ਪਰ ਆਪਕੇ ਪਾਸ ਸਾਰੇ ਆਪਸ਼ਨ ਮਿਲ ਜਾਤੇ ਹੈਂ। ਪਲੋਟਸ ਵੀ ਮਿਲ ਜਾਏਂਗੇ, ਫਲੋਰਸ ਵੀ, ਹਾਈ ਰਾਈਜ਼ ਅਪਾਰਟਮੈਂਟਸ ਮਿਲ ਜਾਤੇ ਹੈਂ, ਕਮਰਸ਼ੀਅਲ ਵੀ ਮਿਲ ਜਾਏਗਾ। ਔਰ ਅਗਰ ਜੇ ਮੈਂ ਪ੍ਰੋਜੈਕਟ ਕੀ ਬਾਤ ਕਰੂੰ, ਯਹਾਂ ਪਰ ਓਮੈਕਸ ਹੈ ਜੋ ਕਿ 1000 acres+ ਮੇਂ ਹੈ, ਬਹੁਤ ਅੱਛਾ ਡਿਮਾਂਡ ਮੇਂ। ਫਿਰ ਖੁਦ ਸਰਕਾਰ ਨੇ, ਗਮਾਡਾ ਨੇ ਵਹਾਂ ਪਰ ਇਕੋ ਸਿਟੀ 1, ਇਕੋ ਸਿਟੀ 2 ਨਿਕਾਲਾ ਹੁਆ ਹੈ, ਕਾਫੀ ਅੱਛੇ ਸੇ ਡਿਵੈਲਪਮੈਂਟ ਹੋਏ, ਕਾਫੀ ਮਕਾਨ ਬਣ ਗਏ ਹੈਂ ਵਹਾਂ ਪਰ। ISPC ਸੋਸਾਇਟੀ ਹੈ, ਮਨੋਹਰ ਸਿੰਘ ਐਂਡ ਕੰਪਨੀ ਹੈ, ਆਲਟਸ ਹੈ, ਗ੍ਰੇਟਰ ਪੰਜਾਬ ਆਫਿਸ ਸੋਸਾਇਟੀ ਹੈ, ਔਰ ਫਰਦਰ ਕਾਫੀ ਅੱਛੇ ਵਹਾਂ ਪਰ MLA ਫਲੈਟਸ ਆ ਰਹੇ ਹੈਂ ਜੀ। ਹਾਈ ਕੋਰਟ ਕੇ ਵੀ ਵਕੀਲੋਂ ਨੇ ਵਹਾਂ ਪਰ ਆਪਣੀ ਸੋਸਾਇਟੀ ਬਣਾਈ ਹੈ, ਔਰ ਉਨਕੇ ਵੀ ਫਲੈਟਸ ਕਾ ਕੰਮ ਸਟਾਰਟ ਹੋ ਗਿਆ ਹੈ। ਜਿਵੇਂ ਅੱਜ ਆਪਾਂ ਪ੍ਰੋਪਰਟੀ ਨਿਊ ਚੰਡੀਗੜ੍ਹ ਦੀ ਗੱਲ ਕੀਤੀ ਹੈ, ਕੱਲ੍ਹ ਨੂੰ ਇਸੇ ਸਮੇਂ ਹੋਰ ਵੀ ਤੁਹਾਡੇ ਸਵਾਲ ਜਿਹੜੇ ਲਵਾਂਗੇ, ਤੁਸੀਂ ਵੱਧ ਤੋਂ ਵੱਧ ਸਾਡੇ ਨਾਲ ਆਪਣੇ ਸਵਾਲ ਸ਼ੇਅਰ ਕਰ ਸਕਦੇ ਹੋ। ਸਾਡਾ ਫੋਨ ਨੰਬਰ ਲਗਾਤਾਰ ਸਕਰੀਨ ਦੇ ਉੱਤੇ ਜਾ ਰਹੇ, ਤੁਸੀਂ ਕਿਸੇ ਵੀ ਤਰ੍ਹਾਂ ਦੀ ਕੁਆਇਰੀ ਦੇ ਲਈ ਸਾਨੂੰ ਤੁਸੀਂ ਕਾਲ ਕਰ ਸਕਦੇ ਹੋ। ਸਾਡੇ ਇਸ ਸ਼ੋਅ ਨੂੰ ਤੁਸੀਂ ਯੂਟਿਊਬ ਚੈਨਲ ਦੇ ਉੱਤੇ ਦੇਖ ਸਕਦੇ ਹੋ, ਯੂਟਿਊਬ 'ਤੇ ਪ੍ਰੋਪਰਟੀ ਗੁਰੂ ਪੰਜਾਬ ਦਾ ਯੂਟਿਊਬ ਚੈਨਲ ਸਬਸਕ੍ਰਾਈਬ